شہادت امام سے عبادت کرنا عظیم عبادت دے وچ سارے مومن عبادت دے شامل ہو کو جواب دار سبحان اللہ مردان جا بچا
ਬੰਦਾ ਜਾਂ ਬੱਚਾ ਆਦੇ ਤਰਾਈ ਦੇ ਬਾਅਦ ਮੈਂ ਸੋਚਿਆ ਇਹ ਵੀ ਜ਼ਿੰਦਗੀ ਕਦੋਂ ਮੈਂ ਮਰ ਪੈਂਦਾ ਹਾਂ ਤਾਂ ਗੱਲ ਫੇਰਦਾ ਹੈ ਸੱਚਾ ਮਿੰਬਰੇ ਜ਼ਾਤ ਸੈਯਦਾਂ ਕੁਝ ਬੰਦੇ ਘਰ ਬਹਿ ਕੇ ਆਦੇ ਮੈਂ ਮਰਸਾਂ ਤੇ ਮੇਰੀ ਜਾਨ ਛੁੱਟ ਵੇ ਸੀ ਮੈਂ ਮਰਸਾਂ ਤੇ ਤੁਹਾਡੀ ਜਾਨ ਛੁੱਟ ਵੇ ਸੀ ਯਾਦ ਰੱਖੇ ਜਾਨ ਤਾਂ ਛੁੱਟ ਸੀ ਜੋ ਯਤੀਮਾਂ ਦਾ ਹੱਕ ਨਾ ਖਾਦੀ ਵਦਾ ਹੋ ਸਕਦਾ ਜਿਹੜਾ ਬੰਦਾ ਕਹੇ ਤਾਂ ਹੱਕ ਖਾ ਕੇ ਆਖੇ ਮੈਂ ਮਰਸਾਂ ਤੇ ਮੇਰੀ ਜਾਨ ਛੁੱਟ ਵੇ ਸੀ ਬੋਲੋ ਆਦੇ ਮੈਂ ਸੋਚਿਆ ਇਹ ਜ਼ਿੰਦਗੀ ਕਰ ਮੈਂ ਮਰ ਮੈਂ ਹੱਥ ਗੱਲ ਬਿਹਤਰ ਹੈ ਆਦੇ ਇਰਾਦਾ ਕੀਤੇ ਤੇ ਹੱਥ ਛੋੜਾ ਅਜਾਨ ਇਰਾਦਾ ਕਰੇ ਰੱਬਿਆ ਇੱਕ ਸਮਾਂਤਰ ਦੀ ਲਹਿਰ ਚੱਲੀ ਮੈਂ ਫੱਟੇ ਸਮੇਂ ਸਮੁੰਦਰ ਦੇ ਬਹਿ ਰਿਹਾ ਆਦੇ ਮੈਂ ਧਿਆਨ ਛੇ ਇਤਨਾ ਸੋਹਣਾ ਬਾਗ ਹੈ ਇਤਨਾ ਸੋਹਣਾ ਬਾਗ ਹੈ ਮੈਂ ਕੁਤਰਾਏ ਦੀ ਅੰਦਾ ਸਮੰਦਰ ਵਾਲਾ ਸਫਰ ਖੋਲ ਗਿਆ ਆਦੇ ਜਨ ਬਾਗ ਪੀ ਦੇ ਦਾਂ ਉਸ ਬਾਗ ਵਿੱਚ ਬੈਠੇ ਪਰਿੰਦਾ ਲੱਗਦਾ ਇਹ ਜੋ ਫਿਰਦ ਕਰੇ ਤਾਂ ਬੈਠੇ ਮੈਂ ਉਸ ਪਰਿੰਦੇ ਦੀ ਨਿਗਾਹ ਰੱਖੀ ਉਹ ਪਰਵਾਜ਼ ਸ਼ੁਰੂ ਕੀਤਾ ਮੈਂ ਨਾਲ ਦੌੜਨਾ ਸ਼ੁਰੂ ਕੀਤਾ ਮੈਂ ਕਿ ਜਿੰਦਾ ਬਾਸੀ ਇੱਕ ਰਾਜ ਕੇ ਦੇਖ ਸਾਂ ਜੋ ਅੱਲਾ ਸੋਹਣਾ ਕਿਤਨਾ ਬੜਾ ਹੈ ਆਦੇ ਮੈਂ ਪੰਖੀ ਦੇ ਪਿੱਛੋਂ ਦੌੜਦਾ ਹਾਂ ਇੱਕ ਤਸਬੀਹ ਦੀ ਆਵਾਜ਼ ਮੇਰੇ ਕੰਨ ਤੱਕ ਪਹੁੰਚੀ ਮੈਂ ਇੰਤਜ਼ਾਰ ਕੋ ਵੇਖਣ ਮੈਂ ਕੋ ਬਾਗ ਭੁੱਲ ਗਿਆ ਮੈਂ ਕੋ ਸਮੁੰਦਰ ਭੁੱਲ ਗਿਆ ਮੈਂ ਕੋ ਪਰਿੰਦਾ ਭੁੱਲ ਗਿਆ ਮੈਂ ਕਦਮ ਰੋਕੇ ਮੈਂ ਤੇ ਦੇਖਣ ਤੇ ਸਹੀ ਜਿਹੜਾ ਇਹਦਾ ਸੋਹਣਾ ਤਸਵੀਰ ਪੜਦਾ ਬੈਠੇ ਆਪ ਇਤਨਾ ਸੋਹਣਾ ਆਦੇ ਮੈਂ ਕਿਹਾ ਚੇ ਬਈ ਜਨ ਸੋਹਣਾ ਜਵਾਨੇ ਸੋਹਣੀ ਰੂਫੈਂ ਸੋਹਣੀ ਦਾੜੀਏ ਸੋਹਣੀ ਅੱਖੀਂ ਦਸਵੀਂ ਵਿੱਚ ਪੜਦੇ ਤੇ ਮੈਨੂੰ ਦੇਖ ਕੇ ਆਦੇ ਤਾਲਕਾਂ ਦੀ ਪਰੇਸ਼ਾਨੇ ਆਦੇ ਮੈਂ ਅੱਗੇ ਨਾਲੋਂ ਵੀ ਜ਼ਿਆਦਾ ਪਰੇਸ਼ਾਨ ਹੋ ਗਿਆ ਸੋਚਣ ਲੱਗ ਗਿਆ ਵਿਪਾਰ ਨਹੀਂ ਇਹਦੇ ਇਹ ਪੱਖੀ ਇਹਦੇ ਤੇ ਸੁੱਜੇ ਸੀ ਜੋ ਮੇਰਾ ਪੱਖੀ ਦਾ ਪਕੜੇ ਦਾ ਮੈਂ ਕਿਹਾ ਸਹੀ ਤੁਸੀਂ ਮੈਨੂੰ ਜਾਣਦੇ ਹੋ ਜਿਹੜਾ ਬੰਦਾ ਜ਼ੁਬਾਨ ਰੱਖਦੇ ਆਇਆ ਮੇਰੇ ਇਸ ਬੈਠੇ ਸਭ ਜਾਣੇ ਤੇ ਮੇਰੇ ਪਾਸ ਦੇਖੇ ਜਿਹੜਾ ਮੈਂ ਕਿਹਾ ਨਾ ਸਹੀ ਤੁਸੀਂ ਮੈਨੂੰ ਜਾਣਦੇ ਹੋ ਆਦੇ ਇਤਨਾ ਨਹੀਂ ਜਾਣਦਾ ਤੂੰ ਮੇਰੇ ਸਾਹਮਣੇ ਖੜੇ ਮੈਂ ਤੇ ਇਤਨਾ ਜਾਣਦਾ ਜਦ ਘਰੋਂ ਟੁਰੇ ਹੋ ਨਸਾ ਸਕਦਾ ਜਿਵੇਂ ਸਮੁੰਦਰ ਦੇ ਸਫ਼ਰ ਕੀਤੇ ਉਹ ਨਸਾ ਸਕਦਾ ਜਿਵੇਂ ਸਮੁੰਦਰ ਤੇ ਬਹਿ ਰਹੇ ਉਹ ਨਸਾ ਸਕਦਾ ਜੇ ਬੂਟੇ ਬੂਟੇ ਨਾਲ ਦੌੜਦਾ ਰਹੇ ਉਹ ਵੀ ਨਸਾ ਸਕਦਾ ਅੱਛਾ ਸਹੀ ਤੁਸੀਂ ਇਸ ਤਰ੍ਹਾਂ ਜਾਣਦੇ ਹੋ ਸਰਕਾਰ ਫਰਮਾਏ ਇਸ ਤੋਂ ਵੀ ਜ਼ਿਆਦਾ ਜਾਣਦੇ ਇਹ ਪਾਕ ਮੈਂਬਰ ਹੈ ਅੱਬਾਸ ਤਾਲੂ ਸਾਹਮਣੇ ਖੜੇ ਇਹ ਜ਼ਿਕਰ ਪਾਕ ਵਿੱਚ ਦੋ ਰਾਤ ਦੇ ਹੋ ਗਏ ਮੈਨੂੰ ਜਾਣਦੇ ਦਿਨ ਰਾਤ ਦੇ ਪ੍ਰੋਗਰਾਮ ਵਿੱਚ ਹਰ ਜਗ੍ਹਾ ਤੇ ਹੁਸੈਨ ਹੁਸੈਨ ਦੀ ਆਵਾਜ਼ ਹੈ ਤੇ ਮੈਂ ਮਜਲਿਸ ਤੋਂ ਮੁਹੱਬਤ ਮੰਗ ਖੜਾ ਸੁਣ ਮੈਂ ਇਸ ਤੋਂ ਵੀ ਜ਼ਿਆਦਾ ਜਾਣਦਾ ਅੱਜ ਮੈਂ ਮੂੰਹ ਦਰੇ ਕਿ ਅਜੇ ਤਾਲਕਾਂ ਦੀ ਭੁੱਖ ਲੱਗੀ ਹੈ ਚੁੱਪਾ ਕੇ ਵਿੱਚ ਨਹੀਂ ਰਹਿੰਦੀ ਅੱਜ ਮੈਂ ਹਰ ਪਲ ਕਹਿ ਕੇ ਸਰਕਾਰ ਤੁਸੀਂ ਇਤਨਾ ਵੀ ਜਾਣਦੇ ਉਸ ਮੈਂ ਕਿਤਨੀ ਅੰਦੀਆਂ ਦਾ ਭੁੱਖ ਬਾਬਾ ਜੀ ਸਾਡੇ ਕੋਲ ਮਹਿਮਾਨ ਆਵੇ ਭਈਆਂ ਅਸਾਂ ਛੋਟੇ ਬਿਰਾਨ ਵਾਦੇ ਨੌਕਰ ਵਾਦੇ ਜਲਦੀ ਕਰੋ ਮਹਿਮਾਨ ਆ ਗਏ ਇਹਦਾ ਖਾਣਾ ਦੇ ਦਿਓ
منہ کر کے دے میرا اللہ تو تے جان تے جو دور دوست دا میرا مہمان ہے بڑا جلدی سردار فرمائے ہوئے میں آپ سے پاس جتنے بھیجنا کوئی سوال ہی انتظام ہی کوئی نہیں ہے جنگل کا بہت میں بدل گزرے بدل والے کشمیر جو پیارے بادشاہ ضرورت ہوئے انہیں کشمیر چیک نہ کچھ ضرورت ہے تو نہ فصل پکے کر بدل گزرتے رہے بابا پوچھتا رہے بدل گزرتے رہتے ہو پوچھتا رہے بدل گزرتے رہتے ہو پوچھتا رہے آخری بدل گزرے بدل والے پاس لے کے آتے گنتے میں نہیں وہاں کے تال کان وہاں کے ویندا جی میں جی میں حکم اللہ دے میرا مہمان کا نال دی دیوان سارے علاقے کی مثال بنی ہوئی ہے بچوں
سرکار دے ایویں تے کوئی کملا فضائل نہ پڑے اے چلا بھی میں انہی جارس محرم بھی آج ہو سی تے انہی شاہ سچ ہو سی مولا دی ذرا پتے میں حال جس نام دی قبر تے قران پڑھ پڑھ دا ائی مسلمان آپ کے زیور کیا ہے باب جی زیور کیڑے کیڑے ہتھے ہاتھ کڑیاں پیرے میدان کڑیاں جوانی ہوئی گل اس پاؤ جتنے میرے سامنے بزرگ بیٹھے ہو میری کبھی نہیں سو باب جی جڑی ہاتھ کڑیاں ہوں گی او قیدی دے ہاتھ پابند جڑی میڑی ہوں گی او پیر پابند جے ہے کرے تلاق تو خدا کھڑا نہ جڑا تاو کونے نا ایک روح دے ٹکڑا ہوندے جڑا قیدی دے جگر تے آویں دے جے نال قیدی صاحب او موقع گن دے کونے دے دیو تے اللہ دے جی جوانی کیڑا نصیب ہو جڑے مکمل دے وقت پاک کھڑے اللہ واسطے میں جن دے جن موبائل دے سیل خلاف چھوڑو میں اون دی شہادت پڑھنی جن دے گھر بیٹھن دے بعد سے وقت کھڑے دے مکمل دے وقت پاک کے نانے دی قبر تو رہ کے آلے نانا میرے حق پابند تھے گئے ہیں اللہ دی پاک کلام کو کہ محفوظ جگہ تے رکھنا نانا ناراض نہ تھی میں ٹوڑی ہوئے نا میری ہدیاں دی پار ایک مسلمان بابا جی تان نماز کیا دے ہر ایک پتر دیا پار کرنے میں تو دین بھی فارق کیوں رہے ہیں سیدہ دے دیکھو کیا پتے شریف صاحب کو پترا نالو دین دے ان جان کے میرے امام ہوسٹل وچ گزارے بھائی جان دے جلدی دے وچ میرے امام دا گھر رہی سیدہ دے مسلمان نہ رکو جو تے سامنے اللہ حق میں غریب کرے میں دی اندو دیاں دروازے دے نال پائے کہ میں انتظار کر رہی ہوں اون بڑی ہیں 18 دیاں تے دودھ پیار کوئی وقت رہے جتنے تک میں نہ میں نام میری اندھی بیٹھ رہی ہوں اتنی مولت دیو میں دیاں کو آخا انتظار کو مان چھوڑو پیو بات سائے دوئی غریب دیاں چھا رہا دیئے
تے مسلمانو جدا کلمہ پڑھ دے ہو نا میں وہ نبی دی قسم ہے اج دی تک میں دی ایک دھی دی اونچی آواز کرے نے سنی بڑی قبول مجلے سے کہیں دل لکے تو معاف چکرے میں تھے ایک دعا مکرے سلام سات خطروں نے ایک دھی ضرور ہو خطر حمدن مالک رکھن مالک دی بیت دی بارس جنہاں کے اندر کی عمر میں جنہاں تھا ہر کچھ سمجھتے بھی ساری رات ہو گئے آج یعنی بابا تیرے بات تیرے قدرت دی مدد ہی کوئی جانے بابا میں نے جس کا ہی تو آج یعنی ہو گئے ہون تیرے گھر ہی میں آسا جی میں کوئی مہمان جتنے پیر بندے بیٹھے ہوتے ہیں وہ اونچی کر دے انہوں کو اطلاع نہیں دیتا انہوں کو پتہ کیوں لگ دے جنہیں جنازہ چمی دیتے ہوتی دھی بیٹھ کرے دے وہ سمجھ ویٹھے ہیں جو ولی کا جنازہ بہر کے آن دے وہ بھی شیعہ دے آئے نہ کرے جہنہ ہندی ہی کھوئے ہوتے بیٹھے ہیں دنیا اونچی کر دیئے ہیں جہنہ ہائے نہ کھا رہا سید چھڑا صاحب کہہ دے سوچ نہیں
ਉਵੇਂ ਸਾਡੇ ਜਿਵੇਂ ਲੋਕ ਸਵੇਰ ਅਤੇ ਮੈਨੂੰ ਕਿਆ ਪੁੱਤੇ ਤੁਹਾਨੂੰ ਲੋਕ ਕਹਿ ਸਕਦੇ ਨੇ ਸੈਯਦਾਂ ਦੇ ਲੋਕ ਮੈਨੂੰ ਕਹਿ ਨਹੀਂ ਸਕਦੇ ਆਦੇ ਦੁਸ਼ਮਣ ਕਹਿ ਨਹੀਂ ਸਕਦੇ ਤੇ ਉਸ ਨਹੀਂ ਮੈਂ ਤੇ ਸ਼ਰੀਫ ਅੱਲਾਹ ਨੂੰ ਕਹਿੰਦਾ ਨਾ ਕਰੇ ਮਦੀਨੇ ਵਾਲੇ ਸੈਯਦ ਜਾਣਦੇ ਸੈਯਦ ਸਦਾ ਸਾਹਿਬ ਆ ਕੇ ਕਹਿੰਦੇ ਜਿਵੇਂ ਮੈਂ ਜਾਣਦਾ ਨਹੀਂ ਮੈਂ ਕੋਈ ਨਹੀਂ ਜਾਣਦਾ ਆਦੇ ਉਹਨੇ ਜਿਕ ਸਤ ਮੈਂ ਇਮਾਮ ਮੂਸਾ ਕਾਜ਼ਿਮ ਨੇ ਮੈਂ ਉਹਨਾਂ ਦਾ ਗੁਲਾਮ ਹਾਂ ਉਹਨਾਂ ਮੈਂ ਕੋ ਆਜ਼ਾਦ ਕੀਤਾ ਉਹਨਾਂ ਮੈਂ ਕੋ ਕੁਝ ਦੇਰ ਦਿੱਤੇ ਉਹਨਾਂ ਮੈਂ ਕੋ ਦੁਆ ਕੀਤੀ ਮੈਨੂੰ ਬਹੁਤ ਬੜਾ ਤਾਜਰ ਬਣ ਸੇ ਉਹਨਾਂ ਦੀ ਦੁਆ ਦਾ ਸਦਕਾ ਕਿਤਨੇ ਮੁਲਕ ਨੇ ਜਿਹੜੇ ਮੇਰੇ ਮਕਰੂਹ ਹੋ ਗਏ ਉਹਨਾਂ ਮੈਂ ਕੋ ਫਰਮਾਇਆ ਤੋ ਹਰ ਕੈਦੀ ਜ਼ੁਲਮ ਨਾਲ ਕੈਦੀ ਹੁੰਦਾ ਕੋਈ ਕੈਦੀ ਬੇਜ਼ੁਲਮ ਕੈਦ ਹੁੰਦੇ ਤੇ ਬੇਜ਼ੁਲਮ ਕੈਦੀ ਦੀ ਦੁਆ ਅੱਲਾਹ ਖਾਲੇ ਦੇ ਹਾਲੇ ਤੋ ਮੈਂ ਕੋ ਬੇਜ਼ੁਲਮ ਕੈਦੀ ਨਜ਼ਰ ਦੇ ਤੋ ਦੁਆ ਮੰਗ ਮੈਂ ਤੇਰੇ ਹੁਣ ਜ਼ੇਵਰ ਲਵੇਸਾਂ ਤੋ ਦੁਆ ਮੰਗ ਮੈਂ ਕੋ ਸਤਵੇਂ ਇਮਾਮ ਮੂਸਾ ਕਾਜ਼ਿਮ ਮੇਰੇ
Let's go.
ਕਰ